ਬ੍ਰਿਟਿਸ਼ ਕੋਲੰਬੀਆ ਦੇ ਅਬੋਟਸਫੋਰਡ ਸ਼ਹਿਰ ਵਿੱਚ ਇੱਕ ਸਕੂਲ ਬੱਸ ਦੇ ਡਰਾਈਵਰ ਨੇ 7 ਸਾਲਾਂ ਦੇ ਬੱਚੇ ਗੁਰਤਾਜ ਸਿੰਘ ਨੂੰ ਬੱਸ ਹੇਠਾਂ ਕੁਚਲ ਦਿੱਤਾ। ਇਹ ਹਾਦਸਾ 6 ਅਕਤੂਬਰ ਨੂੰ ਵਾਪਰਿਆ ਸੀ ਜਦੋਂ ਬੱਸ ਡਰਾਈਵਰ ਨੇ ਬੱਚਿਆਂ ਨੂੰ ਸਕੂਲ ਤੋਂ ਵਾਪਸ ਆਉਣ ਸਮੇਂ ਉਹਨਾਂ ਨੂੰ ਘਰ ਦੇ ਬਾਹਰ ਉਤਾਰਿਆ। ਬੱਚਿਆਂ ਦੇ ਉਤਰਨ ਤੋਂ ਪਹਿਲਾਂ ਹੀ ਡਰਾਈਵਰ ਨੇ ਬੱਸ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਗੁਰਤੇਜ ਬੱਸ ਦੇ ਹੇਠਾਂ ਆ ਗਿਆ ਅਤੇ ਉਸਦੀ ਪੈਲਵਿਕ ਬੋਨ ਟੁੱਟ ਗਈ। ਨਾਜ਼ੁਕ ਹਾਲਤ ਵਿੱਚ ਗੁਰਤਾਜ ਨੂੰ BC ਦੇ ਚਿਲਡਰਨਸ ਹਸਪੀਟਲ ਵਿੱਚ ਇੰਟੈਂਸਿਵ ਕੇਅਰ ਵਿੱਚ ਰੱਖਿਆ ਗਿਆ ਅਤੇ ਉਸਦੀ ਮਲਟੀਪਲ ਸਰਜਰੀਜ਼ ਵੀ ਹੋਈਆਂ ਨੇ। ਸਕੂਲ ਦੀ ਬੱਸ ਸਰਵਿਸ ਚਲਾਉਣ ਵਾਲੇ ਖਾਲਸਾ ਸੈਂਟਰ ਮਿਸ਼ਨ ਵੱਲੋਂ ਡਰਾਈਵਰ ਨੂੰ ਕੰਮ ਤੋਂ ਕੱਢ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਹਾਦਸਾ CCTV ਕੈਮਰੇ ਵਿੱਚ ਵੀ ਕੈਦ ਹੋ ਗਿਆ। ਫਿਲਹਾਲ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਜ਼ਰੂਰ ਕਰ ਰਹੀ ਹੈ।